ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਟਾਈਮ ਹੋ ਗਿਆ ਜੀ ਸਵੇਰ ਦੇ 5:20 ਹੋ ਗਏ ਨੇ ਸ਼ਾਇਦ ਹਾਂ ਤੇ PTI ਪਾ ਲਈ ਜੀ ਆਪਾਂ ਨੇ ਆਪਣਾ ਟ੍ਰੇਲਰ ਪਿੱਕ ਕਰ ਲਿਆ ਮੈਂਸ਼ਨ ਕਰਦੇ ਹਾਂ ਬੁੱਕ ਦੇ ਵਿੱਚ ਐਂਡ ਲੋਡ ਅੱਜ ਆਪਣੇ ਕੋਲ ਹੈਗੇ ਆ ਜੀ ਫੇਸ਼ੀਅਲ ਟਿਸ਼ੂਜ਼ ਹਾਂ ਲੋਡ ਆਪਣੇ ਕੋਲ ਅੱਜ ਹੈਗੇ ਆ ਫੇਸ਼ੀਅਲ ਟਿਸ਼ੂਜ਼ ਦਾ ਤੇ ਬਣੇ ਰਹੋ ਮੇਰੇ ਨਾਲ ਵੀਰੇ ਅੱਜ ਆਪਾਂ ਚੱਲਾਂਗੇ ਨਿਊਯਾਰਕ ਸਿਟੀ ਸਟੇਟ ਠੀਕ ਹੈ ਹਾਂ ਸਟੇਟ ਚੱਲਾਂਗੇ ਨਿਊਯਾਰਕ ਦੀ ਜੀ ਅਤੇ ਡਰੋਪ ਕਰਕੇ ਦੇਖਦੇ ਹਾਂ ਉੱਥੋਂ ਅੱਗੇ ਪਿਕਅਪ ਕਿੱਥੇ ਦੀ ਚੁਕਾਉਂਦੇ ਨੇ ਆਪਾਂ ਨੂੰ ਐਂਡ ਕੱਲ੍ਹ ਨੂੰ ਕਿਹੜੇ ਟਾਈਮ ਵਾਪਸ ਮੁੜ ਕੇ ਆਉਂਦੇ ਹਾਂ ਅਤੇ ਆ ਜਾਓ ਮਿੱਤਰੋ ਫਿਰ ਚੱਲੀਏ ਆ ਜਾਓ ਜੀ ਹੁਣ ਆਪਾਂ ਭਰਦੇ ਹਾਂ ਆਪਣੀ PTI ਫਿੱਲ ਕਰਦੇ ਹਾਂ ਈਲੋਗ ਦੇ ਵਿੱਚ ਅਤੇ ਪਹਿਲਾਂ ਆਪਾਂ ਚੱਲਾਂਗੇ ਹੋਮ 'ਤੇ ਵਰਕ ਫਲੋ ਇੰਸਪੈਕਸ਼ਨ ਡਰਾਈਵਰ ਵਹੀਕਲ ਇੰਸਪੈਕਸ਼ਨ ਫੋਰਮ ਅਤੇ ਇੱਥੇ ਆਪਾਂ ਆਪਣੀ ਸਾਰੀ ਇਨਫੋਰਮੇਸ਼ਨ ਭਰ ਦੇਣੀ ਹੈ ਜੀ ਇਹਦੇ ਵਿੱਚ ਆਪਣਾ ਟਰੈਕਟਰ ਅਤੇ ਦੂਸਰਾ ਟ੍ਰੇਲਰ ਆਪਣੇ ਕੋਲ ਥਰਡ ਇਹ ਹੈ ਨਹੀਂ ਗੇ ਡਿਫੈਕਟ ਫਾਊਂਡ ਹੈ ਨੋ ਟ੍ਰੇਲਰ ਨੰਬਰ ਆਪਣਾ ਹੈਗਾ ਜੀ 4924 ਅਤੇ ਆਪਣਾ ਪਲੇਟ ਨੰਬਰ ਹੈਗਾ T31-32S ਓਕੇ ਡਿਫੈਕਟ ਆਪਾਂ ਨੂੰ ਕੋਈ ਫਾਊਂਡ ਹੋਇਆ ਨਹੀਂ ਹੈਗਾ ਜੀ ਸੋ ਆਪਾਂ ਨੇ ਇਹ ਵਾਲਾ ਸੈਕਸ਼ਨ ਆਪਣਾ ਯੂਜ਼ ਨਹੀਂ ਕਰਨਾ ਟਾਈਪ ਆਫ ਇੰਸਪੈਕਸ਼ਨ ਆਪਣੀ ਸੀਗੀ ਪ੍ਰੀ ਟ੍ਰਿਪ ਇੰਸਪੈਕਸ਼ਨ ਵਹੀਕਲ ਇਜ਼ ਸੇਫ ਟੂ ਓਪਰੇਟ ਯੈਸ ਅੱਛਾ CT ਪੈਟ ਆਪਾਂ ਕਰਨਾ ਜੀ CT ਪੈਟ ਹੁੰਦਾ ਪੈਟ ਹੁੰਦਾ ਆ ਕੈਨੇਡਾ ਅਤੇ US ਦੇ ਬਾਰਡਰ ਦੇ ਵਿੱਚ ਸਮਝੌਤਾ ਆ ਕਾਇੰਡ ਤੁਸੀਂ ਕਹਿ ਸਕਦੇ ਹੋ ਅਤੇ ਤੁਸੀਂ ਚੈੱਕ ਕਰਨਾ ਹੁੰਦਾ ਵੀ ਤੁਹਾਡਾ ਬਾਰ 17 ਪੁਆਇੰਟਸ ਮੇਨ ਹੁੰਦੇ ਨੇ ਜਿੱਦਾਂ ਬਾਰ ਹੁੱਡ ਦਾ ਹੋ ਗਿਆ ਉੱਪਰ ਹੋ ਗਿਆ ਨੀਚੇ ਟਾਇਰਾਂ ਦੇ ਕੋਲ ਵੀ ਕੁਛ ਇੱਦਾਂ ਦਾ ਨਾ ਹੋਵੇ ਜਿਹੜਾ ਤੁਹਾਡੀ ਨਜ਼ਰ 'ਚ ਨਾ ਹੋਵੇ ਲਾਈਕ ਯੂ ਨੋ ਵੀ ਸਮਗਲਿੰਗ ਵਗੈਰਾ ਦੇ ਟਾਈਪ ਦਾ ਸਟੱਫ ਹੁੰਦਾ ਇਹਦੇ ਵਿੱਚ ਉਹ ਆਪਾਂ ਕਰ ਲਿਆ ਆਪਣੇ ਆਪਾਂ ਚੰਗੀ ਤਰ੍ਹਾਂ ਚੈੱਕ ਕੀਤਾ ਹੈ ਨਹੀਂ ਕੁਛ ਵੀ ਇੱਦਾਂ ਦਾ ਓਕੇ ਐਗਰੀ ਹੈ ਜੀ ਹਾਂਜੀ ਫੂਡ ਆਪਣੇ ਕੋਲ ਅੱਜ ਹੈ ਨਹੀਂ ਸੋ ਆਪਾਂ ਨੂੰ ਉਹ 'ਤੇ ਕਲਿੱਕ ਕਰਨ ਦੀ ਲੋੜ ਨਹੀਂ ਹੈਗੀ ਓਕੇ ਹੁਣ CT ਪੈਟ ਉੱਥੇ ਕਲਿੱਕ ਕੀਤਾ ਸੀ ਨਾ ਇੱਥੇ ਨੀਚੇ ਆਉਂਦਾ CT ਪੈਟ ਫੋਰਮ ਇਹਦੇ ਕਲਿੱਕ ਕਰਾਂਗੇ CT ਪੈਟ ਫੋਰਮ ਭਰਾਂਗੇ ਹੁਣ ਆਪਾਂ ਹਾਂ ਇੰਸਪੈਕਸ਼ਨ ਕੰਪਲੀਟਡ ਯੈਸ ਟ੍ਰਿਪ ਨੰਬਰ ਮੈਂ ਇੱਥੇ ਆਪਣਾ ਟ੍ਰਿਪ ਨੰਬਰ ਭਰ ਲਊਂਗਾ ਮੇਰਾ ਟ੍ਰਿਪ ਨੰਬਰ ਹੈਗਾ ਜੀ 07-221-28 ਓਕੇ ਆਹ ਜ਼ਿਆਦਾ ਆਪਣਾ ਟ੍ਰਿਪ ਨੰਬਰ ਹੈ ਜੀ ਟ੍ਰੇਲਰ ਲੋਡਿੰਗ ਪੁਆਇੰਟ ਪਤਾ ਨਹੀਂ ਆਪਾਂ ਨੇ ਲੋਡਡ ਚੱਕਿਆ ਸੋ ਆਪਾਂ ਇਹ ਨਹੀਂ ਭਰਨਾ ਹੈਗਾ ਨਾ ਹੀ ਆਪਾਂ ਐਡਰੈਸ ਭਰਨਾ ਬਿੱਲ ਨੰਬਰ ਆਪਣੇ ਕੋਲ ਹੈਗਾ ਇਹਦੇ ਲਾਸਟ 6 ਡਿਜਿਟ ਭਰ ਦਿੰਦੇ ਹਾਂ ਆਪਾਂ ਲਓ ਜੀ ਆਪਣਾ CT ਪੈਟ ਫੋਰਮ ਵੀ ਕੰਪਲੀਟ ਹੋ ਗਿਆ ਇਨਫੋਰਮੇਸ਼ਨ ਆਪਾਂ ਨੇ ਸਾਰੀ ਭਰਤੀ ਇਹਦੇ ਵਿੱਚ ਇਹਨੂੰ ਕਰਦਾ ਹਾਂ ਡਨ ਓਹ ਫੀਲਡ ਰਿਕੁਆਇਰਡ ਸੋਰੀ ਐਗਰੀ ਕਰਨਾ ਭੁੱਲ ਗਈ ਸੀ ਓਕੇ ਇਹਨੂੰ ਕਰ ਦਿੰਦੇ ਹਾਂ ਡਨ ਓਕੇ ਜੀ ਆਪਣਾ ਇੰਸਪੈਕਸ਼ਨ ਡਨ ਹੈ ਜੀ ਅਤੇ ਔਨ ਡਿਊਟੀ 17 ਮਿੰਟ ਦੀ ਪੈ ਚੁੱਕੀ ਆ ਆਪਾਂ 2 ਮਿੰਟ ਹੋਰ ਖੜਾਂਗੇ ਬਸ 20 ਮਿੰਟ ਦੀ ਉੱਦਾਂ 15 ਮਿੰਟਾਂ ਦੀ ਇਨਫ ਹੁੰਦੀ ਹੈ ਆਪਾਂ 20 ਮਿੰਟ ਦੀ ਪਾ ਕੇ ਫਿਰ ਆਪਾਂ ਇੱਥੋਂ ਦੀ ਚੱਲਦੇ ਹਾਂ ਉਨੇ ਟਾਈਮ 'ਚ ਆਪਾਂ ਕਰ ਲੈਂਦੇ ਹਾਂ ਆਪਣੀ ਚਾਹ ਪੱਤੀ ਗਰਮ ਚਾਹ ਵਗੈਰਾ ਪੀ ਕੇ ਕੰਡੇ 'ਤੇ ਹੋ ਕੇ ਚਲੋ ਬਈ ਮਿੱਤਰੋ ਬਣੇ ਰਹੋ ਮੇਰੇ ਨਾਲ ਵੀਰੇ ਵੀਡੀਓ 'ਚ ਅਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੇਕਰ ਵਧੀਆ ਲੱਗਿਆ ਅਤੇ ਜੇਕਰ ਹੋ ਸਕਿਆ ਤਾਂ ਭਰਾ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਬਾਈ ਜੀ ਆ ਜਾਓ ਫਿਰ ਚੱਲੀਏ ਲਓ ਜੀ ਆਪਾਂ ਪਹੁੰਚ ਗਏ ਹਾਂਗੇ US ਕੈਨੇਡਾ ਦੇ ਬਾਰਡਰ 'ਤੇ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ US ਦਾ ਅਤੇ ਬਸ ਇੱਥੋਂ ਆਪਣਾ ਰਸਤਾ ਥੋੜ੍ਹਾ ਹੀ ਰਹਿ ਗਿਆ ਕਿੰਨੇ ਵੱਜ ਗਏ 7:30 ਅਤੇ ਹਾਂ 12 ਵਜੇ ਪਹੁੰਚ ਜਾਣਾ ਆਪਾਂ 12:30 ਮੰਨ ਲਓ 12:30 ਵਜੇ ਆਪਾਂ ਪਹੁੰਚ ਜਾਣਾ ਜੀ ਡਿਲੀਵਰੀ ਦੀ ਲੋਕੇਸ਼ਨ 'ਤੇ ਅਤੇ ਟ੍ਰੇਲਰ ਆਪਣਾ ਡਰੋਪ ਕਰਕੇ ਉੱਥੇ ਫਿਰ ਦੇਖਦੇ ਹਾਂ ਕਿ ਕਿੱਥੇ ਚੱਲਾਂਗੇ ਐਂਡ ਚਲੋ ਬਈ ਮਿੱਤਰੋ ਮਿਲਦੇ ਹਾਂ ਫਿਰ ਦੇਖਦੇ ਹਾਂ ਹੈ ਨਹੀਂ ਕੋਈ ਭੀੜ ਮੈਨੂੰ ਲੱਗਦਾ ਖਾਲੀ ਪਈ ਹੈ ਇੱਧਰ ਵੈਸੇ ਵੀ ਘੱਟ ਹੀ ਹੁੰਦੀ ਹੈਗੀ ਹਾਂ ਕਈ ਵਾਰ ਜਦੋਂ ਨਾ 9-10 ਵਜੇ ਤੋਂ ਬਾਅਦ ਜ਼ਿਆਦਾ ਹੋ ਜਾਂਦੀ ਆਲ ਟਰੱਕਸ ਬਸ ਆ ਸਾਈਨ ਬੋਰਡ ਪੜ੍ਹਦੇ ਜਾਓ 2 ਲਾਈਨਾਂ ਬਣੀਆਂ ਹੋਈਆਂ ਟਰੱਕਿੰਗ ਦੇ ਲਈ ਜੀ ਚਲੋ
ਜੀ ਮਿੱਤਰੋ ਟ੍ਰੇਲਰ ਕਰਤਾ ਆਪਾਂ ਡ੍ਰੌਪ ਭਰਿਆ ਹੋਇਆ ਆਪਣਾ ਜਿਹੜੇ ਡਿਲੀਵਰੀ ਕਰਨੀ ਸੀ ਤੇ ਆ ਐਮਟੀ ਆਪਾਂ ਨੇ ਚੱਕ ਲਿਆ ਜੀ ਬਸ ਪੀਟੀਆਈ ਕਰਕੇ ਚੈੱਕ ਕਰਕੇ ਦਾ ਫਿਰ ਚੱਲਦੇ ਹਾਂ ਇੱਥੋਂ ਅੱਧੇ ਪੌਣੇ ਘੰਟੇ ਦੀ ਵਾਟ 'ਤੇ ਹੈ ਜਿੱਥੋਂ ਆਪਾਂ ਪਿਕਅਪ ਕਰਨਾ ਆ ਐਮਟੀ ਟ੍ਰੇਲਰ ਆਪਾਂ ਉੱਥੇ ਲੈ ਜਾਣਾ ਪਿਕਅਪ ਕਰਕੇ ਡਿਲੀਵਰੀ ਸ਼ਾਇਦ ਕੱਲ੍ਹ ਨੂੰ ਆਪਾਂ ਨੇ ਕਰਨੀ ਹੈ ਮਿਸੀ ਸਾਗਾ ਆਈ ਥਿੰਕ ਮਿਸੀ ਸਾਗਾ ਹੀ ਕਰਨੀ ਯਾਰ ਇੱਕ ਵਾਰ ਡਬਲ ਚੈੱਕ ਕਰ ਲਾਂਗੇ ਆਪਾਂ ਜਾਂ ਹੋ ਸਕਦਾ ਆਪਾਂ ਆਪਣੀ ਕੰਪਨੀ ਦੇ ਯਾਰਡ 'ਚ ਹੀ ਛੱਡ ਦਈਏ ਹੈ ਨਾ ਥੱਲੇ ਵੜ ਕੇ ਚੰਗੀ ਤਰ੍ਹਾਂ ਚੈੱਕ ਕਰ ਲਈਦਾ ਜੀ ਕਿ ਜਿੱਦਾਂ ਦੇਖਦੇ ਨਾ ਤੁਸੀਂ ਇੱਕ ਮਿੰਟ ਆ ਏਅਰਬੈਗ ਨੇ ਦੋਨੋਂ ਵੀ ਚਾਰ ਹੁੰਦੇ ਆ ਬਲੈਕ ਕਲਰ ਦੇ ਇਹ ਕਈ ਵਾਰ ਪੰਕਚਰ ਹੋ ਜਾਂਦੇ ਇਹਨਾਂ ਦਾ ਧਿਆਨ ਰੱਖਣਾ ਓਕੇ ਜੀ ਇਹ ਆਪਣੇ ਗੁੱਡ ਨੇ ਇੱਧਰਲੇ ਪਾਸੇ ਵਾਲੇ ਆਪਾਂ ਟਾਇਰ ਚੈੱਕ ਕਰ ਲੈਂਦੇ ਹਾਂ ਫੁੱਲ ਨੇ ਜੀ ਇਹ ਵੀ ਆਪਣਾ ਸਹੀ ਆ ਬਸ ਟ੍ਰੇਲਰ ਦੀ ਬੋਡੀ ਦੇ ਉੱਤੇ ਚੈੱਕ ਕਰ ਲਈਦਾ ਵੀ ਕੋਈ ਡੈਮੇਜ ਤਾਂ ਨਹੀਂ ਆਇਆ ਹੋਇਆ ਹੈਗਾ ਹੈ ਨਾ ਟ੍ਰੇਲਰ ਦੀ ਬੋਡੀ ਵੀ ਆਪਣੀ ਸਹੀ ਹੈ ਅਤੇ ਲੈਟਸ ਕਲੋਜ਼ ਦਾ ਡੋਰਸ ਬੁੱਕ ਦੇ ਵਿੱਚ ਮੈਂਸ਼ਨ ਕਰਕੇ ਫਿਰ ਆਪਾਂ ਚੱਲਦੇ ਹਾਂ ਕਰਦਾ ਤੁਸੀਂ ਇਹ ਵਲੋਗ ਇੰਜੋਏ ਕਰ ਰਹੇ ਹੋਵੋਗੇ ਅਤੇ ਆਪਾਂ ਪੀ ਟੀ ਆਈ ਕਰ ਲਈ ਆਪਣੇ ਨਵੇਂ ਟ੍ਰੇਲਰ ਦੀ ਹੁਣ ਆਪਾਂ ਚੱਲਦੇ ਹਾਂ ਪਿਕਅਪ ਵਾਸਤੇ ਸਿਟੀ ਜਾਣਾ ਹੈ ਜੀ ਆਪਾਂ ਨੇ ਸਾਰਾਟੋਗਾ ਸਪ੍ਰਿੰਗਸ ਉੱਥੇ ਪਤਾ ਨਹੀਂ ਕੀ ਆ ਹੁਣ ਜਾ ਕੇ ਪਤਾ ਲੱਗੂਗਾ ਆਪਣੀ ਪਿਕਅਪ ਹੈ ਜੀ ਲਾਈਵ ਪਿਕਅਪ ਅਤੇ ਚੱਲਦੇ ਹਾਂ ਆਪਾਂ ਉੱਥੇ ਪਿਕਅਪ ਕਰਕੇ ਡਿਲੀਵਰੀ ਹੈਗੀ ਹੈ ਮਿਸੀ ਸਾਗਾ ਦੀ ਬਟ ਹਜੇ ਮੈਂ ਸ਼ੋਰ ਨਹੀਂ ਹੈਗਾ ਕਿਵੇਂ ਤੋਂ ਮਿਸੀ ਸਾਗਾ ਹੀ ਮੰਗਵਾਉਣਗੇ ਇਹ ਜਾਂ ਕੰਪਨੀ ਦੇ ਯਾਰਡ 'ਚ ਬਾਕੀ ਕੱਲ੍ਹ ਨੂੰ ਪਤਾ ਲੱਗ ਜਾਊ ਆਪਾਂ ਜਾਂ ਸ਼ਾਮ ਨੂੰ ਚਲੋ ਮਿੱਤਰੋ ਫਿਰ ਇੰਜੋਏ ਕਰੋ ਲਓ ਜੀ ਸਵੇਰ ਦੇ 4:50 ਹੋ ਗਏ ਤੇ ਬੁੱਕ ਆਪਣੀ ਹੋ ਗਈ ਜੀ ਰੀਸੈਟ 8 ਘੰਟੇ ਦੀ ਸਲੀਪ ਪਾ ਲਈ ਆਪਾਂ ਨੇ 10 ਮਿੰਟ ਉੱਪਰ ਹੋ ਗਏ ਨੇ ਆਪਾਂ ਤੇ ਪੀ ਟੀ ਆਈ ਪਾ ਕੇ ਫਿਰ ਚੱਲਦੇ ਹਾਂ ਟਾਈਮ ਟੂ ਡੈਸਟੀਨੇਸ਼ਨ ਮੇਰੇ ਵੀਰੋ ਇਸ 10 AM ਸੋ 11 ਹੀ ਮੰਨ ਲਓ ਕਿਉਂਕਿ ਆਪਾਂ ਕਿਉਂਕਿ ਆਪਾਂ ਅਜੇ ਤੇਲ ਵੀ ਪਵਾਉਣਾ ਤੇਲ ਪਵਾ ਕੇ ਬਾਰਡਰ ਰਹਿ ਜਾਣਾ ਆਪਾਂ ਨੂੰ ਪੰਪ ਤੋਂ ਉੱਥੋਂ 40-45 ਮਿੰਟ ਅਤੇ ਬਾਰਡਰ ਕਰੋਸ ਕਰਕੇ ਅੱਗੇ ਦਾ ਰਸਤਾ ਆਈ ਹੋਪ ਕਿ ਆਪਾਂ ਨੂੰ ਕੋਈ ਟ੍ਰੈਫਿਕ ਨਾ ਟੱਕਰੇ ਜੀ ਟੀ ਏ ਦੇ ਵਿੱਚ ਦਿਮਾਗ ਖਰਾਬ ਹੋ ਜਾਂਦਾ ਸੋ ਲੈਟਸ ਗੋ ਮਿੱਤਰੋ ਡਿਲੀਵਰੀ ਕਰਕੇ ਉਦੋਂ ਬਾਅਦ 'ਚ ਆਪਾਂ ਸਿੱਧਾ ਯਾਰਡ ਜਾਣਾ ਜੀ ਕੱਲ੍ਹ ਨੂੰ ਫਿਰ ਦੁਬਾਰੇ ਨਵਾਂ ਲੋਡ ਦੇਖਦੇ ਹਾਂ ਕਿੱਥੇ ਦਾ ਦਿੰਦੇ ਨੇ ਅੱਜ ਦਿਨ ਚੜ੍ਹੇ 'ਤੇ ਆਪਾਂ ਮੈਸੇਜ ਕਰਦੇ ਹਾਂ ਡਿਸਪੈਚਰ ਨੂੰ ਕਿ ਭਰਾ ਕੱਲ੍ਹ ਦਾ ਲੋਡ ਦੇ ਦੇ ਫਿਰ ਆ ਜਾਓ ਵੀ ਮਿੱਤਰੋ ਚੱਲੀਏ ਫਿਰ ਜੀ ਤੇਲ ਪਵਾ ਰਹੇ ਹਾਂਗਾ ਅਤੇ ਥੋੜ੍ਹੇ ਰਹਿ ਗਿਆ 100 ਗੈਲਨ ਪੈ ਗਿਆ ਬਸ ਮੈਨੂੰ ਲੱਗਦਾ 20-25 ਗੈਲਨ ਹੋਰ ਪੈਣਾ ਅਮੈਰੀਕਾ 'ਚ ਦੋਨੋਂ ਪਾਸੇ ਲੱਗ ਜਾਂਦੀਆਂ ਨੌਜਵਾਨ ਇੰਨਾ ਕੁ ਨਜ਼ਾਰਾ ਚਲੋ ਕੈਨੇਡਾ ਦਾ ਪੰਗਾ ਇਹ ਹੈ ਵੀ ਇੱਕ ਪਾਸੇ ਇੱਕ ਟਾਈਮ 'ਚ ਇੱਕ ਪਾਸੇ ਭਰ ਹੁੰਦਾ ਹੈ ਨਾ ਉੱਧਰ ਵੀ ਹੋ ਗਿਆ ਇਹ ਵੀ ਹੋ ਗਿਆ ਅਤੇ ਇਸ ਤੋਂ ਬਾਅਦ ਜੀ ਆਪਾਂ ਪਾਵਾਂ ਡੈਫ ਅਤੇ ਬਾਰਡਰ ਆਪਾਂ ਨੂੰ ਰਹਿ ਗਿਆ ਜੀ ਇੱਥੋਂ ਅੱਧਾ ਘੰਟਾ ਹੀ ਹੈ ਨਹੀਂ ਹੈਗੇ 45-50 ਮਿੰਟ ਬਾਰਡਰ ਉਸ ਤੋਂ ਬਾਅਦ ਅੱਗੇ ਮਿਸੀ ਸਾਗਾ ਡਿਲੀਵਰੀ
ਤੇ ਚਲੋ ਵੀ ਮਿੱਤਰੋ ਫਿਰ ਚੱਲੀਏ। जाम लग्या पे कहने मेरे वीरो जाम, मजाक करदा इन्ना भी जाम नहीं है, थोड़ी ने ट्रक लाइक बस 10-15 मिनट लगनगे। इस तो बाद जी क्रॉस करके अपना कैनेडा सेंटर हो जाना आ। तो जेडे तुसी ओ सामने बूथ देख रहे हो ना इधर, वो गड्डियां दे ट्रक इधर साइड ते मुड़ गए ना। तो रास्ता जी अपना 9:30 बज गए ने, 10:40 का शो करदा भी 10:40 पहुँच जाएंगे, पर जी टी ए सो ट्रैफिक कुड बी पॉसीबल। आप 11 ही मान के चलो क्योंकि थोड़ा बहुत टाइम हजे अपन इतने भी लग जूगा, अभी तो 15 मिनटों तो वाद ही लग जाए, 11 बजे पहुँच ही जावे। आप लो जी डिलीवरी करती अपा ने मिसीसागा दे विच, ते हुण हो गए वेले। टाइम मैनू लगता है भी 11:45 हो गए हुणे दुपहर दे। चलते हैं अपा हुण यार्ड दे विच खड़ा के ट्रक, फिर चलते हैं घर। ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਾਈ ਜੀ।